नमस्कार सुपर न्यूज़ देख रहे सारे दर्शकों का मैं रितिश कुमार चैनल स्वागत करता इस वेले की अज पंजाब दे विच चोणां दा रिजल्ट आ रहा है। पंजाब दे विच जिहड़े भी चुनाव हुए थे उन्होंने रिजल्ट आ रहा तो आप इस वेले मोहाली दे विच मौजूद हाँ तो आप इत्थे गलबात करते हैं साडे नाल मोहाली तो वरिष्ठ दैनिक सवेरा तो पत्रकार ने विजयपाल जी अपने गलबात करते हैं। विजयपाल जी पहले तो चैनल बहुत बहुत स्वागत है जी। हाँ जी भाजी बहुत बहुत असं धन्यवाद करते हैं। विजयपाल जी की लग रहा है इस वेले का माहौल मोहाली दे विच क्योंकि तुसी एक वरिष्ठ पत्रकार हो तुहाडा की उहदे वास्ते रिव्यू इस वेले मोहाली दे वास्ते? देखो जे असीं मोहाली की गल करिए तो इत्थे जिहड़े आ कि पंजाब दे सबका जिहड़े हैल्थ मिनिस्टर रहे बलबीर सिंह सिद्धू कि हालांकि उन्हें तीन बार मोहाली हल्के तो ही MLA रह रहे हैं उसके बावजूद कि जिहड़ा कुलवंत सिंह जी ने इत्थे एक बार उन्होंने मोहाली का मेयर बनने का मौका मिलिया वो मतलब कि कुलवंत सिंह जी जो है लीड कर रहे हैं बहुत बड़ा नुकसान जिहड़ा कांग्रेस को ਹੁੰਦਾ ਨਜ਼ਰ ਆ ਰਿਹਾ। ਤੁਸੀਂ ਕਹਿ ਰਹੇ ਹੋ ਆਮ ਆਦਮੀ ਪਾਰਟੀ ਲੀਡ ਕਰ ਰਹੀ ਹੈ ਇਸ ਵੇਲੇ? ਬਿਲਕੁਲ ਬਿਲਕੁਲ ਇਸ ਟਾਈਮ ਮੋਹਾਲੀ ਵਿਧਾਨ ਸਭਾ ਦੀ ਹਲਕਾ ਗੱਲ ਕਰੀਏ 053 ਦੀ ਵਿਧਾਨ ਸਭਾ ਹੈ ਉੱਥੋਂ ਜਿਹੜਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਕੁਲਵੰਤ ਸਿੰਘ ਜੀ ਲੀਡ ਕਰ ਰਹੇ ਬਹੁਤ ਵੱਡੀ ਗੱਲ ਹੈ ਅਤੇ ਕਾਂਗਰਸ ਲਈ ਬਹੁਤ ਵੱਡਾ ਨੁਕਸਾਨ ਜਿਹੜਾ ਪਹਿਲੇ ਰਾਊਂਡ 'ਚ ਨਜ਼ਰ ਆ ਰਿਹਾ। ਹਾਲਾਂਕਿ ਪਹਿਲਾ ਰਾਊਂਡ ਹੈ ਹਜੇ ਇਸ 'ਚ ਆਪਾਂ ਕਿਸੇ ਦੀ ਜੀਤ ਹਾਰ ਦਾ ਫੈਸਲਾ ਨਹੀਂ ਕਰ ਸਕਦੇ ਪਰ ਇਹ ਨੁਕਸਾਨ ਜਿਹੜਾ ਕਾਂਗਰਸ ਨੂੰ ਹੁੰਦਾ ਨਜ਼ਰ ਆ ਰਿਹਾ ਬਹੁਤ ਵੱਡੀ ਟੱਕਰ ਦੀ। ਸਰ ਤੁਸੀਂ ਇੱਕ ਬਹੁਤ ਵਰਿਸ਼ਠ ਪੱਤਰਕਾਰ ਹੋ ਆਪਾਂ ਪੱਤਰਕਾਰ ਦੇ ਜੇ ਤੁਸੀਂ ਤੁਹਾਡਾ ਕੁਝ ਐਕਸਪੀਰੀਅੰਸ ਵੀ ਹੋਏਗਾ ਕੀ ਲੱਗਦਾ ਹੈਗਾ ਇਹ ਰਾਊਂਡ ਇਸ ਤਰ੍ਹਾਂ ਹੀ ਬਰਕਰਾਰ ਰਹੇਗਾ ਕਿ ਲੀਡ ਕਿ ਕੁਝ ਉੱਪਰ ਥੱਲੇ ਹੋਣ ਦੇ ਚਾਂਸ ਹੋ ਲੱਗ ਰਹੇ ਆ ਤੁਹਾਨੂੰ? ਬਿਲਕੁਲ ਜੀ ਜੇ ਅਸੀਂ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਹਜੇ ਤੱਕ ਜਿਹੜਾ ਕਿ ਜੋ ਸਾਨੂੰ ਜੋ ਜਾਣਕਾਰੀ ਮਿਲ ਰਹੀ ਹੈ ਅਪਡੇਟ ਹੋ ਰਹੀ ਹੈ ਕਿ 45 ਸੀਟਾਂ ਤੇ ਆਮ ਆਦਮੀ ਪਾਰਟੀ ਲੀਡ ਚੱਲ ਰਹੀ ਹੈ ਜਿੱਥੇ ਵੱਡੇ ਵੱਡੇ ਮਹਾਰਥੀ ਚਾਹੇ ਕਾਂਗਰਸ ਪਾਰਟੀ ਦੇ ਹੋਣ ਚਾਹੇ ਉਹ ਬੀਜੇਪੀ ਅਕਾਲੀ ਦਲ ਦੇ ਉਮੀਦਵਾਰ ਹੋਣ ਉੱਥੇ ਵੀ ਆਮ ਆਦਮੀ ਪਾਰਟੀ ਲੀਡ ਕਰ ਰਹੀ ਹੈ ਤਾਂ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿਉਂਕਿ ਜੇ ਆਪਾਂ ਮੋਹਾਲੀ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਮੋਹਾਲੀ ਜ਼ਿਲ੍ਹੇ 'ਚ ਜਿਹੜੀ ਹੈ ਕਿ ਅਨਮੋਲ ਗਗਨ ਮਾਲ ਜਿਹੜੀ ਹੈ 2000 ਵੱਧ ਵੋਟਾਂ ਤੋਂ ਲੀਡ ਕਰ ਰਹੇ ਨੇ ਉੱਥੇ ਬੜੇ ਜ਼ਬਰਦਸਤ ਅਨਮੋਲ ਗਗਨ ਮਾਨ ਆਮ ਆਦਮੀ ਪਾਰਟੀ ਤੋਂ ਲੀਡ ਕਰ ਰਹੇ ਉੱਥੇ ਜਿਹੜੇ ਕਿ ਮਤਲਬ ਕਿ ਸਰਦਾਰ ਰਣਜੀਤ ਸਿੰਘ ਗਿੱਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਬੜੇ ਮਤਲਬ ਦਮਦਾਰ ਇੱਕ ਬਿਲਡਰ ਵੀ ਰਹੇ ਆ ਅਤੇ ਵਧੀਆ ਉਹਨਾਂ ਨੇ ਸੇਵਾ ਕੀਤੀ ਲੇਕਿਨ ਇਸ ਟਾਈਮ ਜਿਹੜਾ 2000 ਵੱਧ ਵੋਟਾਂ ਤੋਂ ਜਿਹੜਾ ਅਨਮੋਲ ਗਗਨ ਮਾਨ ਲੀਡ ਕਰ ਰਹੇ ਆ। ਇਸੇ ਤਰ੍ਹਾਂ ਗੱਲ ਕਰੀਏ ਤਾਂ ਡੇਰਾਵਾਸੀ ਵਿਧਾਨ ਸਭਾ ਹਲਕੀ 'ਤੇ ਤਾਂ ਉੱਥੇ ਜਿਹੜਾ ਕਿ ਕੁਲਜੀਤ ਸਿੰਘ ਰੰਧਾਵਾ ਆਮ ਆਦਮੀ ਪਾਰਟੀ ਦੀ ਪਹਿਲੀ ਵਾਰ ਉਹਨਾਂ ਨੂੰ ਮੌਕਾ ਮਿਲਿਆ ਤਾਂ ਉਹ ਵੀ ਜਿਹੜੇ ਆ ਪਹਿਲੇ ਰਾਊਂਡ 'ਚ ਅੱਗੇ ਚੱਲ ਰਹੇ ਨੇ। ਪੂਰੇ ਮੋਹਾਲੀ ਜ਼ਿਲ੍ਹੇ ਦਾ ਜੇ ਰੁਝਾਨ ਦੇਖੀਏ ਤਾਂ ਇਸ ਟਾਈਮ ਆਮ ਆਦਮੀ ਪਾਰਟੀ ਮੋਹਾਲੀ ਜ਼ਿਲ੍ਹੇ ਤੋਂ ਲੀਡ ਕਰਦੀ ਨਜ਼ਰ ਆ ਰਹੀ ਹੈ। ਮੈਂ ਪੁੱਛਣਾ ਚਾਹ ਰਿਹਾ ਹੈਗਾ ਤੁਹਾਡਾ ਐਕਸਪੀਰੀਅੰਸ ਹੈ ਤੁਸੀਂ ਇੱਕ ਪੱਤਰਕਾਰ ਹੋ ਤੁਹਾਨੂੰ ਕੀ ਲੱਗਦਾ ਲੀਡ ਬਰਕਰਾਰ ਰਹੇਗੀ ਕਿ ਸ਼ਾਇਦ ਹਲੇ ਉੱਪਰ ਥੱਲੇ ਹੋਣ ਦੇ ਚਾਂਸ ਲੱਗ ਰਹੇ ਨੇ? ਬਿਲਕੁਲ ਬਿਲਕੁਲ ਜੀ ਬਿਲਕੁਲ ਜੋ ਲੱਗ ਰਿਹਾ ਬਿਲਕੁਲ ਜੋ ਪੰਜਾਬ ਦੇ ਹਾਲਾਤ ਨੂੰ ਜੇ ਆਪਾਂ ਨਜ਼ਰ ਰੱਖੀਏ ਤਾਂ ਬਿਲਕੁਲ ਇੱਥੇ ਵੀ ਹਾਲਾਤ ਉਹੀ ਨਜ਼ਰ ਆ ਰਿਹਾ ਕਿ ਸੈਕਿੰਡ ਰਾਊਂਡ ਵੀ ਆਮ ਆਦਮੀ ਦੇ ਹੱਕ 'ਚ ਜਾਣ ਦੇ ਵੱਧਦੇ ਨਜ਼ਰ ਆ ਰਹੇ ਨੇ। ਵਿਜੇਪਾਲ ਜੀ ਇੱਕ ਗੱਲ ਹੋਰ ਆਪਾਂ 2017 ਦੀ ਗੱਲ ਕਰੀਏ 2017 ਤੋਂ ਬਾਅਦ 5 ਸਾਲਾਂ ਬਾਅਦ ਇਲੈਕਸ਼ਨ ਆਏ ਨੇ 2017 ਦੇ ਵਿੱਚ ਤੇ ਇਸ ਵਾਰ ਦੇ ਇਲੈਕਸ਼ਨ ਵਿੱਚ ਕੀ ਤੁਹਾਨੂੰ ਫਰਕ ਲੱਗਿਆ ਹੈਗਾ ਤੇ ਕੀ ਤੁਹਾਨੂੰ ਨਤੀਜਿਆਂ ਦੇ ਵਿੱਚ ਫਰਕ ਲੱਗਣ ਦਾ ਉਮੀਦ ਹੈ? ਬਿਲਕੁਲ ਜੀ 2017 ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ 'ਚ ਬਹੁਤ ਸਾਰੀਆਂ ਕਮੀਆਂ ਸੀਗੀਆਂ ਕਿ ਜੋ ਮਤਲਬ ਕਿ ਉਹਨਾਂ ਨੇ ਨਹੀਂ ਸੰਭਾਲ ਸਕੇ ਪਰ ਉਹ ਸ਼ੁਰੂ ਤੋਂ ਇਸ ਵਾਰੀ ਜੋ 2022 ਦੀ ਜੋ ਚੋਣਾਂ ਆਈਆਂ ਤਾਂ ਉਹਨਾਂ ਨੇ ਬਿਲਕੁਲ ਕਿਹਾ ਕਿ ਜੋ ਅਸੀਂ 2017 'ਚ ਗਲਤੀਆਂ ਕੀਤੀਆਂ ਸੀ ਉਹ ਨਹੀਂ ਕਰਾਂਗੇ ਪੂਰੀ ਪਲੈਨਿੰਗ ਨਾਲ ਚੱਲ ਰਹੇ ਆ ਅਤੇ ਵੋਟਰ ਵੀ ਕਿਉਂਕਿ ਵੋਟਰਾਂ ਨੇ ਬੜੀ ਕੋਸ਼ਿਸ਼ ਕੀਤੀ ਸੀਗੀ ਆਮ ਆਦਮੀ ਪਾਰਟੀ ਲਿਆਉਣ ਲਈ ਲੇਕਿਨ ਕਿਤੇ ਨਾ ਕਿਤੇ ਉਹਨਾਂ ਨੂੰ ਨਜ਼ਰ ਆ ਰਿਹਾ ਸੀ ਕੋਈ ਕਮੀ ਰਹਿ ਸੀਗੀ ਅਤੇ ਪਾਰਟੀ ਵੱਲੋਂ ਵੀ ਕਮੀ ਸੀ ਕਿਉਂਕਿ ਪੰਜਾਬ ਦੇ ਲੋਕ ਪੂਰੀਆਂ ਹੋ ਸਕਦੀ ਬਿਲਕੁਲ ਬਿਲਕੁਲ ਜੀ ਇਸ ਟਾਈਮ ਤਾਂ ਬਿਲਕੁਲ ਸਹੀ ਮਤਲਬ ਕਿ ਬੜੀ ਤਰੀਕੇ ਨਾਲ ਪਾਲਿਸੀ ਬਣਾ ਕੇ ਆਮ ਆਦਮੀ ਪਾਰਟੀ ਪੰਜਾਬ 'ਚ ਇਲੈਕਸ਼ਨ ਲੜੀ ਹੈ ਉਹਦੇ ਨਤੀਜੇ ਜਿਹੜੇ ਆ ਨਜ਼ਰ ਆ ਰਹੇ ਆ। ਵਿਜੇਪਾਲ ਜੀ ਆਪਾਂ ਗੱਲ ਕਰੀਏ ਇੱਕ ਬੜੀ ਲੰਬੀ ਲੜਾਈ ਲੜੀ ਹੈ ਕਿਸਾਨਾਂ ਨੇ ਭਾਜਪਾ ਦੇ ਨਾਲ ਲੜੀ ਹੈ ਉੱਥੇ ਦਿੱਲੀ ਦੇ ਵਿੱਚ ਕੀ ਲੱਗਦਾ ਕਿਸਾਨਾਂ ਵੱਲੋਂ ਵੀ ਕੋਈ ਪਾਰਟੀ ਦਾ ਕੋਈ ਨੁਮਾਇੰਦਾ ਅੱਗੇ ਆ ਸਕਦਾ ਹੈਗਾ ਕਿਸਾਨਾਂ ਦੀ ਪਾਰਟੀ? ਦੇਖੋ ਜੀ ਪੰਜਾਬ 'ਚ ਜੇ ਗੱਲ ਕੀਤੀ ਜਾਵੇ ਤਾਂ ਕਿਸਾਨੀ ਅੰਦੋਲਨ ਦਾ ਬਹੁਤ ਵੱਡਾ ਅਸਰ ਦੇਖਿਆ ਗਿਆ ਅਤੇ ਇਸ ਕੇਂਦਰ ਸਰਕਾਰ ਦੇ ਖਿਲਾਫ ਪੰਜਾਬੀ ਜਿਹੜੇ ਨੇ ਸ਼ੁਰੂ ਤੋਂ ਇੱਕ ਬਹੁਤ ਵੱਡੇ ਸੂਰਮੇ ਕਹੇ ਜਾਂਦੇ ਆ ਕਿ ਪੰਜਾਬੀ ਜਿੱਥੇ ਖੜਾ ਹੋ ਜਾਂਦਾ ਉਹ ਪਿੱਛੇ ਨਹੀਂ ਮੁੜਦਾ ਇਹ ਬਹੁਤ ਵੱਡੀ ਗੱਲ ਹੈ ਅਤੇ ਕਿਤੇ ਨਾ ਕਿਤੇ ਕੇਂਦਰ ਸਰਕਾਰ ਨੂੰ ਜੇ ਇਹਦਾ ਨੁਕਸਾਨ ਨਜ਼ਰ ਆ ਰਿਹਾ ਤਾਂ ਇਹਦਾ ਕਿਸਾਨੀ ਅੰਦੋਲਨ ਦਾ ਬਹੁਤ ਵੱਡਾ ਅਸਰ ਹੈ ਕਿ ਪੰਜਾਬ ਦੇ ਲੋਕ ਜਿਹੜੇ ਆ ਕੇਂਦਰ ਸਰਕਾਰ ਨੂੰ ਇਹੀ ਕਾਰਨ ਹੈ ਕਿ ਉਹ ਮੂੰਹ ਨਹੀਂ ਲਾ ਰਹੇ ਮੋਦੀ ਸਰਕਾਰ ਨੂੰ ਬਿਲਕੁਲ ਲਾਈਕ ਨਹੀਂ ਕਰ ਰਹੇ ਤਾਂ ਬਹੁਤ ਘੱਟ ਚਾਂਸ ਹੈ ਕਿ ਜੇ ਉਹਨਾਂ ਦੇ ਮਤਲਬ ਕੁਝ ਸੀਟਾਂ ਪੰਜਾਬ 'ਚ ਜੇ ਆਉਂਦੀਆਂ ਤਾਂ ਬੀਜੇਪੀ ਭਾਜੀ ਅਖੀਰ ਦੇ ਵਿੱਚ ਤੁਸੀਂ ਇੱਕ ਦੁਬਾਰਾ ਤੋਂ ਮੈਂ ਕਹਿ ਰਿਹਾ ਵਰਿਸ਼ਠ ਪੱਤਰਕਾਰ ਹੋ ਕੀ ਇਸ ਵੇਲੇ ਦੀ ਅਪਡੇਟ ਹੈਗੀ ਹੈ ਸਾਡੇ ਚੈਨਲ ਦੇ ਰਾਹੀਂ ਮਾੜਾ ਜਿਹਾ ਸਾਨੂੰ ਦਰਸ਼ਕਾਂ ਤੱਕ ਦੱਸ ਦਿਓ ਇਸ ਵੇਲੇ ਦੀ ਅਪਡੇਟ ਆਲ ਓਵਰ ਪੰਜਾਬ ਦੇ ਵਿੱਚ ਤੇ ਮੋਹਾਲੀ ਦੇ ਵਿੱਚ ਕੀ ਅਪਡੇਟ ਹੈ ਇਸ ਵੇਲੇ? ਦੇਖੋ ਜੀ ਪੰਜਾਬ ਇਸ ਵੇਲੇ ਟਾਈਮ ਹੋ ਚੁੱਕਿਆ 9:30 ਦੀ ਅਪਡੇਟ। ਬਿਲਕੁਲ ਜੀ 9:30 ਹੋ ਗਏ ਆ ਤੇ ਤੁਸੀਂ ਜਿਹੜੀ ਗੱਲ ਦੱਸ ਰਹੇ ਹੋ ਕਿ ਪੰਜਾਬ 'ਚ ਜੇ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਲੀਡ ਕਰ ਰਹੀ ਹੈ ਬਹੁਤ ਵੱਡੇ ਮਾਰਜਨ ਨਾਲ ਲੀਡ ਕਰ ਰਹੀ ਹੈ। ਆਈਡੀਆ ਕਿੰਨੇ ਕੁ ਸੀਟਾਂ ਦੇ ਉੱਤੇ ਲੀਡ ਕਰ ਰਹੀ ਹੈ? ਆਮ ਆਦਮੀ ਪਾਰਟੀ ਜੀ ਇਸ ਟਾਈਮ 46 ਸੀਟਾਂ ਦੇ ਕਰੀਬ ਪਹੁੰਚ ਚੁੱਕੀ ਹੈ ਤੇ ਦੂਜੇ ਨੰਬਰ ਤੇ ਕਾਂਗਰਸ ਆ ਰਹੀ ਹੈ ਤੇ ਤੀਜੇ ਨੰਬਰ ਤੇ ਹਜੇ ਕਿਸੇ ਦਾ ਕੋਈ ਨਹੀਂ ਹੈ ਕੋਈ ਉੱਪਰ ਨੀਚੇ ਚੜ ਰਿਹਾ। ਮੋਹਾਲੀ 'ਚ ਜੇ ਗੱਲ ਕਰੀਏ ਤਾਂ ਮੋਹਾਲੀ ਤੇ ਆਮ ਆਦਮੀ ਪਾਰਟੀ ਹੀ ਲੀਡ ਕਰ ਰਹੀ ਹੈ ਪੂਰੇ ਜ਼ਿਲ੍ਹੇ 'ਚ। ਸੋ ਇਸ ਤਰ੍ਹਾਂ ਸਾਡੇ ਨਾਲ ਵਿਜੇਪਾਲ ਜੀ ਦੈਨਿਕ ਸਵੇਰਾ ਤੋਂ ਵਰਿਸ਼ਠ ਪੱਤਰਕਾਰ ਨੇ ਮੋਹਾਲੀ ਤੋਂ ਜਿਨ੍ਹਾਂ ਦਾ ਕਹਿਣਾ ਇਸ ਵੇਲੇ ਤੱਕ ਆਲ ਓਵਰ ਪੰਜਾਬ ਦਾ ਜੇ ਲਗਾਇਆ ਜਾਵੇ ਤੇ ਆਮ ਆਦਮੀ ਪਾਰਟੀ ਲੀਡ ਕਰੀ ਸੈਕਿੰਡ ਨੰਬਰ ਤੇ ਕਾਂਗਰਸ ਹੈ ਤੀਜੇ ਨੰਬਰ ਦੇ ਬਾਰੇ ਹਾਲੇ ਕੋਈ ਗੱਲ ਨਹੀਂ ਕੀਤੀ ਵਿਜੇਪਾਲ ਜੀ ਨੇ ਲੇਕਿਨ ਅਗਰ ਮੋਹਾਲੀ ਦੀ ਗੱਲ ਕੀਤੀ ਜਾਵੇ ਤੁਹਾਨੂੰ